ਇਹ ਜੀ 32ਵੀਂ ਜੂਨੀਅਰ ਨੈਸ਼ਨਲ ਬੇਸਬਾਲ ਸੀਗੀ ਆਪਣਾ ਚੈਂਪੀਅਨਸ਼ਿਪ ਜਿਹੜੀ ਕਿ ਸੰਗਰੂਰ ਵਿਖੇ ਹੋਈ ਸੀਗੀ ਆਪਣੇ ਮਸਤੂਆਣਾ ਸਾਹਿਬ ਦੇ ਗਰਾਊਂਡ ਵਿੱਚ ਜਿਹੜੇ ਕਿ ਉਹਨਾਂ ਦੇ 3 ਗਰਾਊਂਡ ਸੀਗੇ ਅਤੇ 2 ਤੋਂ ਲੈ ਕੇ 6 ਤਰੀਕ ਤੱਕ ਹੋਈ ਸੀ ਟੂਰਨਾਮੈਂਟ। ਅੱਛਾ, ਕਿਹੜੀ ਪੋਜੀਸ਼ਨ ਹਾਸਲ ਕੀਤੀ ਆ ਤੁਸੀਂ? ਇਹ ਸਾਡੀ ਜੀ ਫਸਟ ਪੋਜੀਸ਼ਨ ਆਈ ਹੈ ਪੰਜਾਬ ਵਿੱਚੋਂ। ਅੱਛਾ, ਪੰਜਾਬ। ਹਾਂਜੀ, 19 ਟੀਮਾਂ ਆਈ ਸੀ, 19 ਟੀਮਾਂ ਵਿੱਚੋਂ ਅਸੀਂ ਪੰਜਾਬ ਨੂੰ ਜਿੱਤ ਪ੍ਰਾਪਤ ਕੀਤੀ ਹੈ। ਅੱਛਾ, ਤੁਹਾਨੂੰ ਕਿਹੜੇ ਕਿਹੜੇ ਜਿਹੜੇ ਮੋਦੇ 'ਚ ਇਨਾਮ ਮਿਲੇ ਨੇ ਵਿਸ਼ੇਸ਼ ਸਨਮਾਨ? ਮੈਨੂੰ ਜੀ 19 ਟੀਮਾਂ ਵਿੱਚੋਂ ਆਲਰਾਊਂਡਰ ਆਫ ਦਾ ਟੂਰਨਾਮੈਂਟ ਦੀ ਇੱਕ ਤਾਂ ਟਰੋਫੀ ਮਿਲੀ ਆ ਅਤੇ ਸਾਨੂੰ ਇੱਕ ਮੈਡਲ ਦਿੱਤਾ ਗਿਆ ਜੀ ਗੋਲਡ ਦਾ। ਅੱਛਾ, ਕਿੰਨੀ ਉਮਰ ਆ ਤੁਹਾਡੀ, ਕਿੰਨੇ ਸਮੇਂ ਤੋਂ ਤੁਸੀਂ ਇਸ ਗੇਮ ਦੇ ਨਾਲ ਜੁੜੇ ਹੋਏ ਹੋ? ਮੇਰੀ ਉਮਰ ਜੀ ਹੁਣ 16 ਸਾਲ ਹੋ ਗਈ ਆ ਅਗਸਤ ਵਿੱਚ, ਅਤੇ ਮੈਂ ਪਿਛਲੇ 5 ਸਾਲਾਂ ਤੋਂ ਬੇਸਬਾਲ ਗੇਮ ਖੇਡ ਰਿਹਾ। ਕਿਹੜੀ ਕਿਹੜੀ ਜਗ੍ਹਾ 'ਤੇ ਖੇਡ ਕੇ ਆਇਆ ਤੁਸੀਂ? ਸਿਰਫ ਨੈਸ਼ਨਲ ਹੀ ਖੇਡੀ ਜਾਂ ਕੋਈ ਇੰਟਰਨੈਸ਼ਨਲ ਮੈਚ ਵੀ? ਮੈਂ ਇੰਟਰਨੈਸ਼ਨਲ ਜੀ ਖੇਡ ਕੇ ਆਇਆ ਸੀ ਮਲੇਸ਼ੀਆ ਕੁਆਲਾਲੰਪੁਰ ਬੇਸਬਾਲ 5 ਦੀ ਜੀ, ਅਤੇ ਮੈਂ 5 ਵਾਰ ਨੈਸ਼ਨਲ ਖੇਡ ਚੁੱਕਿਆ ਹਾਂ। ਇੱਕ ਵਾਰ ਨੈਸ਼ਨਲ ਮੈਂ ਕੇਰਲਾ ਖੇਡ ਚੁੱਕਿਆ, ਇੱਕ ਵਾਰ ਰਾਜਸਥਾਨ, 2 ਵਾਰ ਪੰਜਾਬ ਖੇਡ ਚੁੱਕਿਆ, ਅਤੇ ਇੱਕ ਵਾਰ ਆਪਣੇ ਇੱਕ ਹੋਰ ਜਗ੍ਹਾ ਜਾ ਕੇ ਆਇਆ ਸੀਗਾ। ਅੱਛਾ, ਕਿਹੜੇ ਕਿਹੜੇ ਉਹਨਾਂ ਦੇ ਵਿੱਚ ਜਿਹੜੇ ਮੈਡਲ ਤੁਸੀਂ ਹਾਸਲ ਕੀਤੇ? ਕੇਰਲਾ ਵਿੱਚ ਜੀ ਮੇਰਾ ਗੋਲਡ ਆਇਆ ਸੀਗਾ ਬੇਸਬਾਲ 5 ਵਿੱਚ, ਅਤੇ ਪੰਜਾਬ ਵਿੱਚ ਤਾਂ ਮੇਰਾ ਇੱਕ ਵਾਰ ਸੰਗਰੂਰ ਵੀ ਇੱਕ ਵਾਰ ਪਹਿਲਾ ਮੈਡਲ ਆ ਚੁੱਕਿਆ, ਸਾਡਾ ਸੈਕਿੰਡ ਪੋਜੀਸ਼ਨ ਆਈ ਸੀਗੀ, ਇੱਕ ਵਾਰ ਸਾਡੀ ਪੋਜੀਸ਼ਨ ਆਈ ਸੀ ਸਮਰਾਲੇ, ਇੱਕ ਵਾਰ ਗੋਲਡ ਆਇਆ ਸੀ, ਅਤੇ ਸਮਰਾਲੇ ਇੱਕ ਦੂਜੀ ਵਾਰ ਸਿਲਵਰ ਆਇਆ ਸੀਗਾ ਸਾਡਾ। ਅੱਛਾ, ਕਿੰਨਾ ਟਾਈਮ ਪ੍ਰੈਕਟਿਸ ਕਰਦੇ ਹੋ, ਪੜ੍ਹਾਈ ਵੀ ਨਾਲ ਕਰਦੇ ਹੋਵੋਗੇ? ਕਿੰਨਾ ਪ੍ਰੈਕਟਿਸ ਤਾਂ ਦੇਖੋ ਜੀ, ਪ੍ਰੈਕਟਿਸ ਤਾਂ ਪੂਰੇ ਦਿਨ ਹੀ ਕਰਦੇ ਰਹਿੰਦੇ ਹਾਂ, ਪੜ੍ਹਾਈ ਨੂੰ ਮੈਂ ਸਿਰਫ 2 ਘੰਟੇ ਦਿੰਦਾ, ਉਹ ਵੀ ਪੂਰੇ 2 ਘੰਟੇ ਐਂ ਦਿੰਦਾ, ਮਤਲਬ ਜਿਵੇਂ ਮੈਂ ਅੱਗੇ ਪਿੱਛੇ ਸਭ ਕੁਝ ਭੁੱਲ ਜਾਂਦਾ ਜੀ। ਅੱਛਾ, ਅਤੇ ਪਰਿਵਾਰ ਦਾ ਕਿੱਦਾਂ ਦਾ ਸਹਿਯੋਗ ਹੈ, ਜਿਹੜੇ ਸਕੂਲ 'ਚ ਪੜ੍ਹਦੇ ਹੋ ਉੱਥੋਂ ਕਿੱਦਾਂ ਦਾ ਸਹਿਯੋਗ? ਪਰਿਵਾਰ ਦਾ ਜੀ ਪੂਰਾ ਸਹਿਯੋਗ ਆ, ਪਰਿਵਾਰ ਦੀ ਬਦੌਲਤ ਹੀ ਮੈਂ ਇੰਨਾ ਕੁਛ ਖੇਡ ਚੁੱਕਿਆ, ਅਤੇ ਸਕੂਲ ਜੀ ਮੇਰਾ ਗੁਰੂ ਨਾਨਕ ਪਬਲਿਕ ਸਕੂਲ ਆ ਮੌਲਟਨ ਵਿਖੇ। ਕਿੱਦਾਂ ਦਾ ਸਹਿਯੋਗ ਜਿਹੜਾ ਉਹਨਾਂ ਦਾ? ਉਹਨਾਂ ਜੀ ਬਹੁਤ ਸਹਿਯੋਗ ਆ ਜੀ, ਉਹਨਾਂ ਵੱਲੋਂ ਮੈਨੂੰ ਸਲਗਰ ਵਗੈਰਾ ਦਿੱਤਾ ਜਾਂਦਾ, ਗਲਵ ਵਗੈਰਾ ਵੀ ਉਹਨਾਂ ਵੱਲੋਂ ਦਿੱਤਾ ਜਾਂਦਾ। ਅੱਛਾ, ਕਿਸ ਤਰ੍ਹਾਂ ਇਸ ਗੇਮ ਦੀ ਜਿਹੜੀ ਸ਼ੁਰੂਆਤ ਹੋਈ, ਕਿਸ ਨੂੰ ਆਪਣਾ ਰੋਲ ਮਾਡਲ ਮੰਨਦੇ ਹੋ ਅਤੇ ਕੀ ਜਾ ਕੇ ਬਣਨਾ ਚਾਹੁੰਦੇ? ਅਸਲ 'ਚ ਜੀ ਇਹ ਗੇਮ ਦੀ ਸਟਾਰਟਿੰਗ ਮੈਂ 2019 ਵਿੱਚ ਕੀਤੀ ਸੀਗੀ, ਮੈਂ ਇੱਕ ਵਾਰ ਟਰਾਇਲ ਦੇਣ ਗਿਆ ਸੀ, ਉੱਥੋਂ ਚਲੋ ਮੇਰੇ ਟਰਾਇਲ ਦੀ ਸਿਲੈਕਸ਼ਨ ਨਹੀਂ ਹੋਈ, ਪਰ ਮੈਂ ਉੱਥੋਂ ਇੱਕ ਚੀਜ਼ ਆਪਣੇ ਮਨ 'ਚ ਧਾਰ ਲਈ ਸੀ ਵੀ ਉਸ ਤੋਂ ਬਾਅਦ ਮੈਂ ਇਹ ਗੇਮ ਖੇਡੂੰਗਾ, ਤਾਂ ਜਾ ਕੇ ਫਿਰ ਮੈਂ ਅੱਗੇ ਅੱਗੇ ਖੇਡਦਾ ਰਿਹਾ, ਹੌਲੀ ਹੌਲੀ ਡਿਸਟ੍ਰਿਕਟ ਜਿੱਤਦੇ ਗਏ, ਨਾਲ ਨਾਲ ਸਟੇਟ ਜਿੱਤਦੇ ਗਏ, ਸਟੇਟ ਵਿੱਚ ਗੋਲਡ ਆਉਣ ਲੱਗ ਗਿਆ, ਫਿਰ ਨੈਸ਼ਨਲ ਵਿੱਚ ਪੋਜੀਸ਼ਨ ਆਉਣ ਲੱਗ ਗਈ, ਫਿਰ ਜਾ ਕੇ ਕਿਤੇ ਮੈਂ ਇੰਟਰਨੈਸ਼ਨਲ ਗਿਆ, ਮਲੇਸ਼ੀਆ ਗਿਆ ਸੀਗਾ, ਅਤੇ ਉੱਥੇ ਜਾ ਕੇ ਬਹੁਤ ਹੀ ਵਧੀਆ ਐਕਸਪੀਰੀਅੰਸ ਮਿਲਿਆ ਵੀ ਕਿਵੇਂ ਕਿਵੇਂ ਨਵੇਂ ਨਵੇਂ ਪਲੇਅਰ ਨਾਲ ਜੁੜਦੇ ਆ, ਇੱਕ ਸਪੋਰਟਸਮੈਨਸ਼ਿਪ ਕਿਵੇਂ ਸ਼ੁਰੂ ਹੁੰਦੀ ਆ। ਖੇਡਾਂ ਵਤਨ ਦੀਆਂ, ਖੇਡਾਂ ਵਤਨ ਪੰਜਾਬ ਦੀਆਂ ਵੀ ਹਿੱਸਾ ਲਿਆ? ਹਾਂਜੀ, ਮੈਂ ਲਿੱਤਾ ਸੀਗਾ ਜੀ, ਪਿਛਲੇ ਸਾਲ ਮੈਂ ਲਿੱਤਾ ਸੀਗਾ ਸੋਫਟਬਾਲ ਦਾ ਲਿੱਤਾ ਸੀਗਾ, ਉਹਦੇ ਵਿੱਚ ਮੈਂ ਫਾਜ਼ਿਲਕਾ ਜਾ ਕੇ ਆਇਆ ਸੀ, ਜਿਹਦੇ ਵਿੱਚ ਆਪਣੀ ਲੁਧਿਆਣੇ ਦੀ ਸੈਕਿੰਡ ਪੋਜੀਸ਼ਨ ਆਈ ਸੀਗੀ, ਅਤੇ ਹੁਣ ਮੈਂ ਫਿਰ ਤੋਂ ਟਰਾਇਲ ਦੇ ਕੇ ਆਇਆ ਆਪਣੇ ਸਟੇਟ ਦੇ, ਅਤੇ ਉਹਦੇ ਵਿੱਚ ਮੇਰੀ ਸਿਲੈਕਸ਼ਨ ਹੋ ਚੁੱਕੀ ਹੈ ਬੇਸਬਾਲ ਦੀ। ਸਰ ਕੀ ਨਾਮ ਹੈ ਜੀ? ਮੇਰਾ ਨਾਮ ਤੇਜ ਸਿੰਘ ਸਿੱਧੂ ਹੈ ਜੀ। ਸਰ ਕਿਸ ਤਰ੍ਹਾਂ ਦੇਖਦੇ ਹੋ ਤੁਹਾਡੇ ਬੇਟੇ ਨੇ ਵੱਡੀ ਉਪਲਬਧੀ ਹਾਸਲ ਕੀਤੀ ਹੈ? ਸਾਨੂੰ ਬਹੁਤ ਜ਼ਿਆਦਾ ਵੱਡਾ ਮਾਣ ਮਹਿਸੂਸ ਹੈ ਕਿ ਸਾਡੇ ਬੇਟੇ ਨੇ ਇਸ ਉਮਰ ਦੇ ਵਿੱਚ ਅਤੇ ਬਹੁਤ ਵੱਡਾ ਮੁਕਾਮ ਹਾਸਲ ਕੀਤਾ ਹੈ, ਇਹਦੀ ਵਿਸ਼ੇਸ਼ ਸਾਰੀ ਟੀਮ ਦਾ, ਇਹਦੀ ਮੈਨੇਜਮੈਂਟ ਦਾ ਵਿਸ਼ੇਸ਼ ਯੋਗਦਾਨ ਰਿਹਾ ਇਹਦੇ ਵਿੱਚ, ਅਤੇ ਸਾਡਾ ਜਿਹੜੇ ਅੱਜ ਦੀ ਨੌਜਵਾਨ ਪੀੜ੍ਹੀ ਹੈ ਸਾਡੇ ਵੱਲੋਂ ਅਤੇ ਸਾਰੇ ਆਪਣੇ ਜਿਹੜੀ ਇਹਦੀ ਟੀਮ ਹੈ, ਇਹੀ ਸੁਨੇਹਾ ਕਿ ਜਿਹੜੇ ਨੌਜਵਾਨ ਆ ਨਸ਼ਿਆਂ ਤੋਂ ਦੂਰ ਰਹਿਣ, ਆਪਣੇ ਮਾਂ ਪਿਓ ਦੀ ਇੱਜ਼ਤ ਕਰਨ, ਆਪਣੇ ਦੇਸ਼ ਦਾ ਮਾਣ ਵਧਾਉਣ, ਆਪਣੀ ਸਟੇਟ ਦਾ ਮਾਣ ਵਧਾਉਣ, ਅਤੇ ਵੱਧ ਤੋਂ ਵੱਧ ਜਿਹੜੀ ਹੈ ਮਿਹਨਤ ਕਰਕੇ ਇੱਦਾਂ ਦੇ ਮੁਕਾਮ ਹਾਸਲ ਕਰਦੇ ਰਹਿਣ। ਸਰ ਘਰ ਵਿੱਚ ਕਿੰਨਾ ਕੁ ਖੁਸ਼ੀ ਦਾ ਮਾਹੌਲ ਹੈ, ਬੱਚਾ ਜਿਹੜਾ ਜਿੱਤ ਕੇ ਆਇਆ ਵਾ, ਨੈਸ਼ਨਲ ਜਿੱਤ ਕੇ ਆਇਆ ਵਾ, ਕਿਸ ਤਰ੍ਹਾਂ ਦੀਆਂ ਖੁਸ਼ੀਆਂ ਜਿਹੜੀਆਂ ਹੋਣੀਆਂ ਜਿਹੜੀਆਂ? ਸਾਨੂੰ ਬਹੁਤ ਜ਼ਿਆਦਾ ਖੁਸ਼ੀ ਹੈ ਕਿ ਸਾਡੇ ਬੇਟੇ ਨੇ ਆਲਰਾਊਂਡਰ ਦਾ ਜਿਹੜਾ ਵਿਸ਼ੇਸ਼ ਸਨਮਾਨ ਹਾਸਲ ਕੀਤਾ ਹੈ, ਬਹੁਤ ਜ਼ਿਆਦਾ ਖੁਸ਼ੀ ਹੈ, ਵੀ ਆਰ ਸੋ ਹੈਪੀ।